ਤੇ ਪੁਰਾਣੇ ਬਜ਼ੁਰਗੇ ਕਸ਼ਵਦਾਂ ਦੇ ਹੁੰਦੇ ਸੀ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪੌਣ ਪੁਰਾਣੇ ਬਜ਼ੁਰਗਾਂ ਦੇ ਖਾਨ ਸੀ ਉਦਮ ਕਰੇ ਤੇ ਪੈਸਾ ਮਗਰ ਮਗਰ ਫਾਇਦਾ ਤੇ ਹਵਾ ਪੱਖਾ ਚੱਲਦਾ ਹੋਵੇ ਤੇ ਹਵਾ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਪੱਖਾ ਚਲਾਓ ਤੁਸੀਂ ਹਵਾ ਨੂੰ ਆਵਾਜ਼ ਮਾਰਨ ਦੀ ਲੋੜ ਪਊਗੀ ਹੁਣ ਇਹ ਦਲੀਲਾਂ ਨੇ ਦੁਨਿਆਵੀ ਐਗਜ਼ੈਂਪਲ ਜਿਸ ਬੰਦੇ ਨੇ ਕਦੀ ਬਾਣੀ ਨਹੀਂ ਪੜ੍ਹੀ ਉਹਨੂੰ ਵੀ ਸਮਝ ਆਉਂਦੀ ਵੀ ਆ ਤੇ ਗੱਲ ਸਿੱਧੀ ਲਿਖੀ ਹੋਈ ਹੈ ਇਸੇ ਤਰ੍ਹਾਂ ਗਾਏ ਸੁਨੇ ਆਖੇ ਮੀਟੇ ਪਾਈਐ ਨਾ ਪਰਮ ਪਦ ਗੁਰਦਵਾਰੇ ਆ ਕੇ ਅੱਖਾਂ ਮੀਟ ਲੋ ਤੇ ਸਿਰ ਮਾਰੀ ਜਾਓ ਐਨ ਉੱਚੀ ਉੱਚੀ ਕਹੀ ਜਾ ਜੀ ਹਾਏ ਰੱਬਵਾ ਹਾਏ ਰੱਬਵਾ ਹਾਏ ਰੱਬਵਾ ਤੇ ਘਰ ਜਾਓ ਤੇ ਰੱਬ ਮਾਂ ਚ ਨਾ ਦਿਸੇ ਨਾ ਪਤਨੀ ਚ ਦਿਸੇ ਨਾ ਪਿਓ ਚ ਦਿਸੇ ਨਾ ਬੱਚਿਆਂ ਚ ਦਿਸੇ ਨਾ ਕਸਟਮਰ ਚ ਦਿਸੇ ਨਾ ਮਾਰਗਿ ਦਿਸੇ ਦੱਸਿਓ ਜੀ ਭਲਾ ਗੁਰਦਵਾਰੇ ਇਕੱਲਾ ਰੱਬ ਰੱਬ ਕਹਿਣ ਨਾਲ ਮੰਦਿਰ ਜਾ ਕੇ ਇਕੱਲਾ ਰਾਮ ਰਾਮ ਕਹਿਣ ਨਾਲ ਮਸਜਿਦ ਵਿੱਚ ਜਾ ਕੇ ਇਕੱਲਾ ਅੱਲਾ ਅੱਲਾ ਕਹਿਣ ਨਾਲ ਗੁਰਦੁਆਰੇ ਕਲਾ ਵੈਰੂ ਵੈਰੂ ਕਹਿਣ ਨਾਲ ਜ਼ੁਬਾਨ ਚ ਮਿਠਾਸ ਆਏਗੀ ਬੋਲੋ ਪਿਆਰਿਓ ਨਹੀਂ ਆਏਗੀ ਨਾ ਉਹਦੇ ਆਸਤੇ ਉਹ ਰੱਬ ਮਾਂ ਚ ਵੇਖਣਾ ਪੈਣਾ ਪਤਨੀ ਚ ਵੇਖਣਾ ਪੈਣਾ ਪਤੀ ਚ ਵੇਖਣਾ ਪੈਣਾ ਕਸਟਮਰ ਚ ਵੇਖਣਾ ਪੈਣਾ ਸਮਾਜ ਵਿੱਚ ਰੱਬ ਵੇਖਣਾ ਪੈਣਾ ਰੱਬ ਤੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਉਹ ਤੇ ਸਾਰਿਆਂ ਥਾਂਾਂ ਤੇ ਸਭ ਇੱਕ ਥਾਂ ਤੇ ਨਹੀਂ ਆ ਉਹ ਤਾਂ ਸਾਰਿਆਂ ਥਾਵਾਂ ਤੇ ਆ ਏਕ ਅਨੇਕ ਵਿਆਪਕ ਪੂਰਕ ਹੈਗਾ ਇੱਕੋ ਆ ਪਰ ਨੇਕਾ ਰੂਪਾਂ ਚ ਵਿਆਪਕ ਆ ਅਛਾ ਇੱਕ ਮਾਲਕ ਅਨੇਕਾਂ ਰੂਪਾਂ ਚ ਕਿਵੇਂ ਵਿਆਪਕ ਹੈ ਜੀ ਹੋਰ ਸੌਖਾ ਸਮਝੋ ਇੱਕ ਮਾਲਕ ਅਨੇਕਾਂ ਰੂਪਾਂ ਚ ਕਿਵੇਂ ਵਿਆਪਕ ਹੈ ਭਲਾ ਲਓ ਸੌਖੀ ਐਗਜ਼ੈਂਪਲ ਲੈ ਲਓ ਤੁਸੀਂ ਕਾਰੀਗਰ ਦੇ ਕੋਲੋਂ ਆਪਣੇ ਘਰ ਦੇ ਖਿੜਕੀਆਂ ਦਰਵਾਜੇ ਤਿਆਰ ਕਰਾਉਂਦੇ ਹੋ ਕੁਰਸੀ ਟੇਬਲ ਪੌੜੀਆਂ ਸਾਰਾ ਕੁਝ ਤਿਆਰ ਕਰਾਉਂਦੇ ਲੱਕੜ ਇੱਕੋ ਹੀ ਐ ਇੱਕੇ ਲੱਕੜ ਦੇ ਉਹਨਾਂ ਕਿੰਨੇ ਕੁਝ ਬਣਾਤਾ ਖਿੜਕੀ ਬਣਾਤੀ ਦਰਵਾਜਾ ਬਣਾਤਾ ਟੇਬਲ ਬਣਾਤਾ ਕੁਰਸੀ ਬਣਾਤੀ ਨਿਕਨੇ ਕੇ ਸਟੂਲ ਬਣਾਤੇ ਪੀੜੀਆਂ ਬਣਾਤੀਆਂ ਹੁਣ ਮੈਨੂੰ ਇਹ ਦੱਸਿਓ ਜਦੋਂ ਇਹ ਕੁਝ ਵੀ ਨਹੀਂ ਸੀ ਬਣਿਆ ਤੁਸੀਂ ਉਸ ਲੱਕੜ ਦਾ ਕੀ ਨਾਮ ਲੈਂਦੇ ਸੀ ਪਹਿਲਾਂ ਕੱਲੀ ਲੱਕੜ ਹੁਣ ਉਹਦਾ ਤੁਸੀਂ ਕੀ ਨਾਮ ਲੈਨੇ ਭਲਾ ਤੁਸੀਂ ਕੀ ਆਂਦੇ ਹੋ ਭਲਾ ਐਂਜਾ ਕਹੋਗੇ ਆ ਲੱਕੜ ਬੰਦ ਕਰ ਦੇ ਤੁਸੀਂ ਕਹੋਗੇ ਦਰਵਾਜਾ ਬੰਦ ਕਰ ਦੇ ਹੈ ਗਈ ਲੱਕੜੀ ਆ ਪਰ ਕਾਰੀਗਰ ਨੇ ਉਹਦਾ ਨਾਮ ਚੇਂਜ ਕਰਤਾ ਹੁਣ ਹੁਣ ਲੱਕੜ ਬਣ ਗਈ ਦਰਵਾਜਾ ਹੁਣ ਕੀ ਬਣ ਗਈ ਖਿੜਕੀ ਹੁਣ ਕੀ ਬਣ ਗਿਆ ਟੇਬਲ ਹੁਣ ਕੀ ਬਣ ਗਈ ਕੁਰਸੀ ਜਿੰਨੇ ਮਰਜੀ ਨਾਮ ਲੈ ਲਓ ਹੁਣ ਅੱਗੇ ਤੁਸੀਂ ਜਿੰਨੇ ਮਰਜੀ ਇੱਕੇ ਲੱਕੜ ਤੋਂ ਤੁਸੀਂ 5 ਕਿਲੋ ਦੁੱਧ ਲਿਆਂਦਾ ਆਪਣੇ ਘਰ 5 ਕਿਲੋ ਦੁੱਧ ਲਿਆਂਦਾ ਪਰ ਸਿਆਣੀ ਮਾਂ ਨੇ ਉਸੇ 5 ਕਿਲੋ ਦੁੱਧ ਵਿੱਚੋਂ ਜਾਗ ਲਾ ਕੇ ਦਹੀਂ ਵੀ ਬਣਾ ਲਿਆ ਮੱਖਣ ਵੀ ਕੱਢ ਲਿਆ ਘਿਓ ਵੀ ਬਣਾ ਲਿਆ ਥੋੜੇ ਜਿਹੇ ਦੁੱਧ ਆ ਪਨੀਰ ਵੀ ਬਣਾ ਲਿਆ ਦੱਸੋ ਭਲਾ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਬਾਹਰੋਂ ਲਿਆਉਂਦੀਆਂ ਨੇ ਤੁਹਾਡੇ ਘਰ ਦੁੱਧ ਵਿੱਚੋਂ ਹੀ ਸਾਰਾ ਕੁਝ ਪੈਦਾ ਹੋਇਆ ਇੱਕ ਦੁੱਧ ਦੇ ਕਿੰਨੇ ਰੂਪ ਨੇ ਇੱਕ ਲੱਕੜ ਦੇ ਕਿੰਨੇ ਰੂਪ ਨੇ ਇਦਾਂ ਹੀ ਮਾਲਕ ਦੇ ਕਿੰਨੇ ਰੂਪ ਨੇ ਮਾਂ ਵੀ ਉਹਦਾ ਰੂਪ ਹੈ ਪਿਓ ਵੀ ਉਹਦਾ ਰੂਪ ਹੈ ਪਤਨੀ ਵੀ ਉਹਦਾ ਰੂਪ ਹੈ ਪਤੀ ਵੀ ਉਹਦਾ ਰੂਪ ਹੈ ਜਨਮ ਤੋਂ ਪਹਿਲਾਂ ਮਾਰਨ ਵਾਲੀ ਧੀ ਵੀ ਉਹਦਾ ਰੂਪ ਹੈ